बिस्मिल्लाहिर्रहमानिर्रहीम, अस्सलामुअलैकुम। इस दुआ उम्मीद के साथ कि आप सब खैरियत से होंगे, खुश होंगे। आज की वीडियो करते हैं स्टार्ट। वीडियो को स्किप नहीं करके वीडियो को पूरा देखिएगा। आप में सब मेरे चैनल पे नहीं है, जिन्होंने अभी तक मेरे चैनल को सब्सक्राइब नहीं किया, फटाफट से पहले मेरे चैनल को सब्सक्राइब कर लें। और अभी जो कहते हैं कि आहिस्ता बोला करो, ऐसे मजा आता है जैसे मतलब अभी मैं देखना आहिस्ता बोलूँगी, मतलब मजा आता है। मतलब अभी मुझे आदत हो गई हुई है ना ऐसे बोलने की, मतलब ऐसे ही बोलती हूँ मैं। अभी देखना। बिस्मिल्लाहिर्रहमानिर्रहीम, अस्सलामुअलैकुम। इस दुआ उम्मीद के साथ कि आप सब लोग खैरियत से होंगे, खुश होंगे। आज की वीडियो करते हैं स्टार्ट। वीडियो को स्किप नहीं करिएगा, वीडियो को पूरा देखिएगा। आप में से लोग मेरे चैनल पर नए हैं, जिन्होंने अभी तक मेरे चैनल को सब्सक्राइब नहीं किया, लिलिया सा फटाफट से पहले मेरे चैनल को सब्सक्राइब कर लें, ठीक है? ऐसे ठीक थे कि यहाँ पहले वाला जो है ना ठीक है। ਜਿਹੜੇ ਦੰਦੀਆਂ ਤੋਂ ਪਰੇ ਦਿਨਾਂ ਦਾ ਕਾਰਡਾ ਨਾ ਵੀ ਤੇਰਾ ਕਰ ਲੈਨੇ ਆ ਅੱਜ ਲਾ ਇਹਦਾ ਇਹਨੂੰ ਤਾਂ ਪੁੱਛ ਲਵਾਂ ਇਹ ਫਾਰਾ ਬਿਲੀ ਜਰਾ ਕੈਮਰਾ ਸੁਤਾਂਦਾ ਪਿਆ ਮੇਰੀ ਮੰਗਣੀ ਕਰੋ ਮੰਗਣੀ ਕਰੋ ਤੇ ਅੱਜ ਤੁਸੀਂ ਬੈਠੇ ਹੋ ਪੁੱਛ ਲਵਾਂ ਬੋਏ ਨਾ ਮੰਗਣੀ ਕਰਨੀ ਇਹ ਨਹੀਂ ਪਤਾ ਹੁਣ ਕਾਦੇ ਨਾਲ ਮੰਗਣੀ ਕਰਨੀ ਤੂੰ ਨਾ ਕਰਨੀ ਆ ਮੰਗਣੀ ਮੈਂ ਨਹੀਂ ਗਿਆ ਪਹਿਲਾਂ ਮੈਨੂੰ ਦੱਸ ਲੈਂਦੇ 1 ਮਿੰਟ ਇਹ ਜਦ ਵੀ ਹਮ ਬਾਤ ਕਰਨੇ ਲੱਗੇ ਨਾ ਫੁੱਲ ਸੀਰੀਅਸ ਮੈਟਰ ਪੇ ਕਰਨੇ ਲੱਗੇ ਆ ਕਿਉਂਕਿ ਕਿਤਨੇ ਦਿਨ ਤਕਰੀਬ ਹਫਤਾ ਹੀ ਹੋ ਚੱਲਿਆ ਨਾ ਮੀ ਐਹੀ ਸਿਰ ਖਾਂਦੇ ਆ ਕਾਰ ਸਾਡਾ ਤੇ ਅੱਜ ਇਹਨੂੰ ਬਿਠਾਇਆ ਅੱਬੂ ਦੇ ਕੋਲ ਕਿ ਅੱਬੂ ਦੇ ਸਾਹਮਣੇ ਬਹਿ ਕੇ ਡਾਇਰੈਕਟ ਅੱਬੂ ਨੂੰ ਕਹਿਣਾ ਤੇਰਾ ਪਤਾ ਲੱਗੇ ਮੇਰੇ ਦੇ ਪਿੱਛੇ ਪਿੱਛੇ ਸਿਰ ਖਾਣਾ ਕਦੀ ਮੇਰੇ ਚੋਲੇ ਜਿਵੇਂ ਮੈਂ ਪੈ ਕੇ ਕਦੀ ਸਾਡੇ ਪਿੱਛੇ ਪਿੱਛੇ ਕਦੀ ਲਾ ਲਾ ਕੇ ਗੱਲਾਂ ਕਰਕੇ ਕਰਛਰੋ ਮੇਰਾ ਵਿਆਹ ਕਰਛਰੋ ਮੇਰਾ ਇੰਜ ਕਹਿੰਦੇ ਆ ਦੱਸਿਓ ਮੀ ਅੱਬੂ ਦਾ ਐ ਬੜਾ ਦਿਨਾਂ ਦਾ ਪਿੱਛੇ ਲੱਗਿਆ ਤੁਹਾਨੂੰ ਪਤਾ ਮੈਨੂੰ ਕਹਿੰਦਾ ਮੇਰਾ ਵਿਆਹ ਕਰੋ ਤੇ ਮੇਰੀ ਮੰਗਣੀ ਕਰੋ ਤੇ ਹੁਣ ਤੁਹਾਡਾ ਪੁੱਤਰ ਹੈ ਤੁਸੀਂ ਪੁੱਛ ਲਓ ਲੱਡ ਲਾ लड़े लाल तैयारी कराने तैयारी कराने मेनू दिमाग खराब चंगी गल बेहतरी है देखने के मसीते जाते हो ਸਾਰੀਆਂ ਗੱਲਾਂ ਛੱਡੋ ਜੋ ਜੋ ਵੀ ਕਹਿੰਦਾ ਅੰਮੀ ਨੂੰ ਸਾਨੂੰ ਕਹਿੰਦਾ ਰਹਿੰਦਾ ਸੀਰੀਅਸ ਹੀ ਹੋ ਜਾਂਦਾ ਤੇ ਇੱਕ ਵਾਰੀ ਫੇਰ ਅੱਬੂ ਵਾਲੇ ਸਾਹਮਣੇ ਪੁੱਛ ਲੈਂਦੇ ਤੂੰ ਸਹੀ ਸੀਰੀਅਸ ਦੱਸ ਉੰਜ ਤੰਗ ਕਰਨਾ ਹੈ ਤੂੰ ਸੀਰੀਅਸ ਆਣਾ ਇੱਕ ਮਤਲਬ ਸ਼ਾਦੀ ਕਰੋ ਮੇਰੀਆਂ ਵੀ ਮੰਗਣੀ ਸ਼ੰਗ ਨਹੀਂ ਕਰੋ ਦੱਸ ਤੂੰ ਲਾਵਾ ਦੱਸ ਨਹੀਂ ਸੀਰੀਅਸ ਜਾਣਦਾ ਹੈ ਤੇਰੇ ਕੋਲ ਹੁਣ ਕਾਜਰੋ ਵੀ ਨੇ ਬੇਤਰੀ ਹੈ ਐ ਲੱਭ ਨਾ ਨਾ ਕਿ ਤਮਕੀ ਦੇ ਤੋਰ ਤੇ ਬੇਤਰੀ ਹੈ ਬਾਜੀ ਲਾ ਲੰਮੇ ਆਏ ਤੇ ਮੈਨੂੰ ਨਾ ਗਿਓ ਅੱਛਾ ਤੇਰਾ ਫੈਸਲਾ ਤੂੰ ਕਾਜਰੋ ਵੀ ਤੂੰ ਹੀ ਸੁਣਾਇਆ ਆਪਣਾ अपने कारोबार सेट करो फिर घर बनाओ
ਪਹਿਲਾਂ ਜੀ ਨੇ ਆ ਕਰੋ ਤੇ ਉਹ ਕਰੋ ਫੇਰ ਵਿਆਹ ਕਰੋ ਬਾਅਦ ਚ ਤਾਂ ਨਹੀਂ ਬਣਦੇ ਪਹਿਲੇ ਬਣਦੇ ਫੇਰ ਤੇ ਬਾਅਦ ਚ ਕਿਉਂ ਨਹੀਂ ਬਣਦੇ ਬਾਅਦ ਚ ਬੁੱਢੀ ਬਣਾਣੀ ਨਹੀਂ ਹੁੰਦੀ ਨਾ ਪਹਿਲੇ ਬਣਾਏ ਹੁੰਦੇ ਜੇ ਆਏ ਬਣਾਣੇ ਹੁੰਦੇ ਉਹਦਾ ਯਾਰ ਉਹ ਬਣਦੇ खिदमत करनी है जम्मू कर ਉੱਤੇ ਹੋ ਗਿਆ ਹੈ ਅਈਏ ਮੈਂ 15 ਦਾ ਆਇਆ ਅਈਏ ਕਿ ਤੋ ਆ 18 ਸਾਲ ਦਾ ਅੱਛਾ ਮਤਲਬ ਸਾਡੀ ਇਹ ਵਿਸ਼ੇ ਕਿ ਅਬੂ ਹਰ ਵਿਆਹੇ ਆਂਦੇ ਨੇ ਕਿ ਪਹਿਲਾਂ ਮਤਲਬ ਨਵਾਂ ਘਰ ਬਣਾਏ ਹਰ ਚੀਜ਼ ਮਤਲਬ ਬਣਾਏ ਬੁਲੂਏ ਇੱਥੇ ਸਿਰ ਤੇ ਹੀ ਸਾਰਾ ਸੁੱਟਿਆ ਜਿੰਨੀ ਜਲਦੀ ਚਾਹੁੰਦਾ ਨਾ ਕਿ ਸ਼ਾਦੀ ਹੋਈਏ ਓਨੀ ਜਲਦੀ ਸੈਟਲ ਹੋਈਏ ਸਹੀ ਮਤਲਬ ਆਪਣਾ ਘਰ ਸ਼ਾਹ ਬਣਾ ਲੇ ਤੇ ਫੇਰ ਦੀ ਸ਼ਾਦੀ ਕਰ ਚਾਂਗੇ ਇਹ ਫੈਸਲਾ ਕੀਤਾ ਭਾਵੇਂ ਰਾਤ ਦੇ ਵਿੱਚ ਹੁੰਦੀ ਇੱਕ ਦਿਨ ਮੈਨੂੰ ਕਹਿੰਦਾ ਸੀ ਰਾਤ ਨੂੰ ਤੇ ਅੰਮੀ ਨੇ ਅੰਮੀ ਨੇ ਕਹਾ ਕਿ ਇਹਨਾਂ ਘਰ ਨਹੀਂ ਬਣਾਏਗਾ ਤਾਂ ਤਕੜੀ ਜਾਂਦਾ ਉਹ ਆਪਣਾ ਰਿਜ਼ਕ ਨੂੰ ਅੱਲਾ ਕਾਏ ਨਹੀਂ ਜੀ ਨੇ ਕੋਟੇ ਤੇ ਨਹੀਂ ਉਹਨੇ ਚੋਕੇ ਨਾਲ ਲੈ ਆਉਣੇ ਅੰਮੀ ਹੋਰੇ ਅੱਜ ਆ ਗਈ ਅੰਮੀ ਬਣਾਈ ਨਹੀਂ ਨਵਾਂ ਘਰ ਨਹੀਂ ਨਹੀਂ ਆਪਣੀ ਕਿਸਮਤ ਦੀ ਗੱਲ ਹੁੰਦੀ ਲੇਕਿਨ ਇਹ ਕਿਸਮਤ ਦੀ ਹੁੰਦੀ ਇਹੀ ਇਹਨੂੰ ਗੱਲ ਕਹੀ ਮਜ਼ਾਕ ਤੋਂ ਇਲਾਵਾ ਹਰ ਚੀਜ਼ ਤੋਂ ਇਲਾਵਾ ਇਹੀ ਇਹਨੂੰ ਗੱਲ ਕਹੀ ਕਿ ਤੂੰ ਮਤਲਬ ਘਰ ਬਣਾ ਲੈ ਜਿੰਨੀ ਜਲਦੀ ਹੋ ਸਕਦਾ ਜਿੰਨੀ ਜਲਦੀ ਜਾਣਾ ਉਹਨੀ ਜਲਦੀ ਬਣਾ ਲੈ ਜਿਹੜੀ ਮੈਂ ਅੱਬੂ ਹੋਇਆ ਉਹਨੇ ਘਰ ਸ਼ਾ ਬਣਾ ਕੇ ਫੇਰ ਕਰਾਂਗੇ ਜਿਹੜੀ ਮੈਂ ਗੱਲ ਆ ਇਹਨੂੰ ਕਹਿਣੀ ਮੈਂ ਨਹੀਂ ਆ ਮਕਾਨ ਬਣਾਉਣੇ ਸ਼ੁਰੂ ਕਰ ਪਹਿਲਾਂ ਨੀਆਂ ਬਣਾ ਤੇਰਾ ਰਿਸ਼ਤਾ ਵੇਖਣਾ ਸ਼ੁਰੂ ਕਰ ਸਰਾਂਗੇ ਜਦੋਂ ਪਹਿਲੀ ਮਤਲਬ ਘਰ ਦਾ ਲੈਂਟਰ ਪਏਗਾ ਨਾ ਫੇਰ ਤੇਰੀ ਮੰਗਣੀ ਕਰ ਚਾਂਗੇ ਫੇਰ ਜਦੋਂ ਦੂਸਰਾ ਲੈਂਟਰ ਪਏਗਾ ਨਾ ਫੇਰ ਦਿਨ ਰਾਹ ਚ ਰਾਂਗੇ ਜਦੋਂ ਥੋੜਾ ਬਤਾ ਘਰ ਤਿਆਰ ਹੋਈਏਗਾ ਨਾ ਫੇਰ ਰੰਗ ਰੋਗਨ ਹੋ ਜਾਵੇ ਫੇਰ ਵਿਆਹ ਕਰ ਜਾਂਗੇ ਫੇਰ ਤੇਰਾ ਵਿਆਹ ਕਰ ਚਾਂਗੇ ਇਹ ਫੈਸਲਾ ਹੀ ਤੂੰ ਮੈਨੂੰ ਖੁਦ ਕਹੋ ਕਿ ਬਾਬਰਾ ਗਾਣਾ ਕਰ ਕਿਉਂਕਿ ਘਰ ਘਰ ਕਾਇਨ ਬਾਰ ਬਾਰ ਕਹਿੰਦਾ ਤਾਂ ਚੰਗਾ ਹੀ ਲੱਗਦਾ ਲੋਕਾਂ ਨੂੰ ਲੱਗਦਾ ਪਹਿਲਾਂ ਦੇ ਵਿੱਚ ਆਈ ਦੀਆਂ ਗੱਲਾਂ ਕਰਦਾ ਲੋਕਾਂ ਨੇ ਕਹਿਣਾ ਹੋਰੇ ਬਹੁਤਾ ਹੀ ਮਤਲਬ ਤਾਂ ਕਰਦਾ ਲੋਕੀ ਗੱਲਾਂ ਕਰਨਗੇ ਬਾਹਰ ਮੰਨਣ ਵਾਲੀ ਕਿਹੜੀ ਗੱਲ ਨੂੰ ਦੱਸ ਰਿਹਾ ਕਿ ਘਰ ਬਣੇਗਾ ਤਾਂ ਫੇਰ ਇਨਸ਼ਾਅੱਲਾ ਜਾਨਾ ਸ਼ਾਦੀ ਬਣਾ ਲਿਓ ਆਹੀ ਤਾਂ ਚੇਣ ਕੇ ਤੇ ਕੋਠਾ ਬਣਾ ਕੇ ਇਹ ਬਣਾ ਕੇ ਬਣਾ ਲਿਓ ਭਾਜੀ ਗੱਲ ਹੈ ਇੰਜ ਤੂੰ ਇਹ ਮੇਰਾ ਹੀ ਸਦਾ ਮੈਂ ਆਪਣਾ ਬਣਾਵਾ ਨਾ ਬਣਾਵਾ ਮੈਂ ਕਰਾਂਗਾ ਜਾ ਕੇ ਮੈਂ ਕਰਨਾ ਜੇ ਕਰਨਾ ਜੇ ਕਰੋਨਾ ਤੇ ਜਾ ਮੇਰਾ ਭਾਜੀ ਦੋ ਹੀ ਸਮੇਂ ਆ ਜਾਵਾਂ ਕਿਹੜਾ ਹੀ ਸਾ ਜਿਹੜਾ ਮੇਰਾ ਹੁੰਦਾ ਹੀ ਸਾ ਕੀ ਦਿੱਤਾ ਹੀ ਕਿਹੜਾ ਸਾਨੂੰ ਦਿੱਤਾ ਹੀ ਜਿਹੜਾ ਜੇ ਸਾਰੀ ਜਈ ਸਾਰੀ ਜਾਇਦਾ ਤੂੰ ਮੇਰੀ ਕਿੰਨੇ ਕਿਲੇ ਜ਼ਮੀਨ ਮੇਰੇ ਨਾਲ ਲਾਈ ਦੋ ਮੈਂ ਵੇਚ ਕੇ ਕਰ ਦਿੰਦਾ ਠੀਕ ਹੈ ਮੇਰਾ ਕਰਨਾ ਜੇ ਕਰੋ ਤੇ ਮੇਰਾ ਹੀ ਸਾ ਦੋ ਭਾਜੀ ਅਬੂ ਜੀ ਹੋ ਗਿਆ ਐਕਟਿੰਗ ਨਹੀਂ ਸਹੀ ਹੋ ਨਹੀਂ ਕੈਮਰਾ ਬੰਦ ਕਰ ਦੋ ਗੱਡੀਆਂ ਭਾਜੀ ਇੱਕ ਸਰਪ੍ਰਾਈਜ਼ ਤੁਹਾਡੇ ਵਾਸਤੇ ਭਾਜੀ ਇੱਥੇ
ਸਾਨੂੰ ਸਰਪ੍ਰਾਈਜ਼ ਸਰਪ੍ਰਾਈਜ਼ ਕੋਈ ਨਹੀਂ ਚਾਹੀਦਾ ਰਿਸ਼ਤੇ ਰੁਸ਼ਤੇ ਹੀ ਆਪੀ ਵੇਖ ਲਾਂਗੇ ਉਹ ਤੁਸੀਂ ਟੈਨਸ਼ਨ ਨਹੀਂ ਲੈਣੀ ਸਵੀਟ ਵੇਖੋ ਨਾ ਵੇਖੋ ਇੱਕ ਦੋ ਦਿਨ ਤੁਹਾਨੂੰ ਸਰਪ੍ਰਾਈਜ਼ ਮਿਲ ਜਾਣਾ ਵੀਡੀਓ ਮੇਰੀ ਵੇਖ ਲਿਓ ਬਸ ਅੱਛਾ ਹਾਂਜੀ ਜੈਕ ਤੁਹਾਨੂੰ ਸਰਪ੍ਰਾਈਜ਼ ਲੱਭਣਾ ਤੁਸੀਂ ਭਾਂ ਕਰੋ ਨਾ ਕਰੋ ਚਲੋ ਕੋਈ ਅੱਲਾ ਅੱਲਾ ਜ਼ੋਰਾ ਚੰਗਾ ਸਰਪ੍ਰਾਈਜ਼ ਤਾਈ ਅੱਲਾ ਉਹਨਾਂ ਇਹ ਕਹਿ ਰਹੇ ਮੰਮੀ ਨੇ ਅੰਮੀ ਨੇ ਸਾਨੂੰ ਪੁੱਛ ਕੀ ਕਰਨਾ ਹੈ जे आखो गे मैं उंज करांगा मेरा छोटा भरा है मैं उन्हें भी बिले लावांगा हम जो है ना बाद में अब्बू जी के साथ कैमरा ऑफ कैमरा के बाद भी जो है ना काफी देर हमारी जो है ना उस चीज को लेके बातें जातें होती रही है हमजा को जो है ना फिर मैं खतीजा तंग करने लग गए थे बाकी फिर बाद में खाना वगैरह बनाने लगी अभी जो है टाइम होगा रात के 7 बजे का तो शादी जो है ना इंशाल्लाह हमारा भी मतलब दिल करता है ख्वाहिश है कि जल्दी करें लेकिन पहली ख्वाहिश ये है कि घर जो है ना सबसे पहले जल्दी जल्दी इंशाल्लाह जो है ना बनाएं तो फिर जो है ना शादी करेंगे इंशाल्लाह सब काम होंगे इंशाल्लाह अल्लाह पाक बेहतर करें दुआएं जो है दुआओं में जो है लाजमी याद रखिएगा तो ये थी मेरी आज की छोटी सी मजेदार वीडियो जिसमें आज की वीडियो मजेदार तो नहीं कह सकती मैं वो आप ही बताएंगे तो जिसमें आज की वीडियो भी आपको पसंद नहीं होगी वीडियो पसंद लाइक कर दीजिए चैनल को सब्सक्राइब कर लीजिएगा कोई भी गलती हो तो मतलब दो में याद रखिएगा मिलते हैं इंशाल्लाह कल वाली वीडियो में दैनिक दीजिए इजाजत अल्लाह हाफिज़।